ਜੋ ਸੋਸ਼ਲ ਮੀਡੀਆ 'ਤੇ ਚਰਚਾ ਹੈ ਪ੍ਰਦੀਪ ਕਲੇਰ ਦੀ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਚੋਰੀ ਛਿੱਪੇ ਮਿਲਦਾ ਰਿਹਾ ਰਾਮ ਰਹੀਮ ਨੂੰ, ਕਿਸ ਤਰ੍ਹਾਂ ਉਹਨੇ ਹੁਕਮਨਾਮੇ ਵਿੱਚ ਤਬਦੀਲੀ ਖਿਮਾ ਜਾਚਨਾ ਕਰਕੇ ਉਹਦੀ ਫਿਲਮ ਚਲਾਉਣ ਲਈ ਜਿਹੜਾ ਸੀ ਢੌਂਗ ਸਾਰਾ ਰਚਿਆ, ਜਿਹੜਾ ਉਹਨੇ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਅਤੇ ਸਰਵਉੱਚਤਾ ਨੂੰ ਵੰਗਾਰਿਆ ਹੈ, ਪਰਵਾਹ ਨਹੀਂ ਕੀਤੀ ਉਹਨੇ, ਉਹਦੇ ਖਿਲਾਫ਼ ਅਸੀਂ ਆਜ਼ਾਦ ਪੱਤਰ ਦੇ ਕੇ ਆਏ ਸਿੰਘ ਸਾਹਿਬ ਨੂੰ, ਨਾਲ ਪੈਨਡਰਾ ਵੀ ਦਿੱਤੀ ਆ ਸਾਰੀ, ਜਿਹਦੇ ਵਿੱਚ ਉਹ ਜਿਹੜੀਆਂ ਤਿੰਨ ਵੀਡੀਓ ਚੱਲ ਰਹੀਆਂ ਨੇ ਉਹਨਾਂ ਦਾ ਜ਼ਿਕਰ ਆ ਰਿਹਾ। ਉਹਨਾਂ ਨੂੰ ਬੇਨਤੀ ਕਰਕੇ ਆਏ ਹਾਂ ਵੀ ਇਹਦੀ ਜਾਂਚ ਕਰਵਾਈ ਜਾਵੇ, ਕਿਉਂਕਿ ਇੱਕ ਧਿਰ ਦਾ ਹੈ ਨਾ ਉਹਨਾਂ ਦੇ, ਉਹਨਾਂ ਦੀ ਵੀਡੀਓ ਆ, ਉਹਦੀ ਜਾਂਚ ਕਰਕੇ ਦੋਸ਼ ਸਾਬਤ ਹੋਣ 'ਤੇ ਸਖ਼ਤ ਤੋਂ ਸਖ਼ਤ ਜਿਹੜੀ ਉਹ ਸਜ਼ਾ ਦਿੱਤੀ ਹੈ। ਵਿਰੋਧ ਚਾਹੇ ਹਾਂ ਆਪਣਾ ਨਾਮ ਦੱਸ ਕੀ ਮੰਗੀ ਕਰਦੇ ਹੋ, ਤੁਹਾਡੀ ਕੋਈ ਜਥੇਬੰਦੀ ਹੈ? ਮੈਂ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਹਾਂ, ਮੈਂ ਅਮਰੀਕ ਸਿੰਘ ਸ਼ਾਹਪੁਰ ਹਲਕਾ ਡੇਰਾ ਬਾਬਾ ਨਾਨਕ ਤੋਂ ਹਾਂ, ਇਹ ਜਥੇਦਾਰ ਮਹਿੰਦਰ ਸਿੰਘ ਜੀ ਹੁਸੈਨਪੁਰ ਨੇ ਬਲਾਚੌਰ ਤੋਂ ਮੈਂਬਰ ਨੇ, ਅਸੀਂ ਦੋ ਮੈਂਬਰ ਆਏ ਹਾਂ। ਜਿੰਨਾ ਚਿਰ ਸਿਆਸੀ ਘਮਸ਼ਾਂਦ ਰਿਹਾ ਆਪਾਂ ਨਹੀਂ ਆਏ, ਦੋ ਧਿਰਾਂ ਦਾ ਜਿੰਨਾ ਚਿਰ ਮਸਲਾ ਆਉਂਦਾ ਰਿਹਾ ਆਪਾਂ ਨਹੀਂ ਆਏ। ਹੁਣ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਦਾ ਹੈ, ਉਹਦੇ ਵਾਸਤੇ ਅਸੀਂ ਬੇਨਤੀ ਪੱਤਰ ਲੈ ਕੇ ਆਏ ਹਾਂ। ਠੀਕ ਹੈ, ਕੀ ਲੱਗਦਾ ਤੁਹਾਨੂੰ ਕਿ ਜੇ ਸੁਖਬੀਰ ਬਾਦਲ ਜੀ ਨੂੰ ਇਸ ਤਰ੍ਹਾਂ ਸਖ਼ਤ ਕੀਤੀ ਜਾਏਗੀ ਜਿਸ ਤਰ੍ਹਾਂ ਪੰਥੀ ਛੇਕੇ ਬੰਦੇ ਰਾਮ ਦੀ ਨੂੰ ਮਿਲਦੇ ਰਹੇ, ਕੀ ਲੱਗਦਾ ਤੁਹਾਨੂੰ? ਨਹੀਂ, ਕਿਉਂ ਨਾ ਸੱਦਿਆ ਜਾਏਗਾ, ਜ਼ਰੂਰ ਸੱਦਣਗੇ। ਹਾਂ, ਨਹੀਂ ਨਹੀਂ, ਉਹ ਜੋ ਸਰਕਾਰ ਵੱਲੋਂ ਹੋਈਆਂ ਉਹ ਵੱਖਰੀ ਗੱਲ ਹੈ ਵੀ ਗਲਤੀ ਕਰਦਾ, ਆਹ ਜਿਹੜੀ ਇਹ ਉਹਨੇ ਗੁਨਾਹ ਕੀਤੇ ਨੇ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਵਿਰੁੱਧ ਗਿਆ ਹੈ, ਇਹਦੀ ਮਾਫ਼ੀ ਕਿੱਦਾਂ? ਸੁਖਬੀਰ ਬਾਦਲ ਨੇ ਤਾਂ ਅੱਜ ਚਿੱਠੀ ਜਾਰੀ ਕਰਕੇ ਕਿਹਾ ਕਿ ਜੋ ਭੁੱਲਾਂ ਮੇਰੇ ਪਰਿਵਾਰ 'ਚ ਹੋਈਆਂ, ਮਤਲਬ ਕਿ ਜਿੰਨੇ ਵੀ ਮੈਂਬਰ ਨੇ ਉਹਨਾਂ ਦੀਆਂ ਸਾਰੀਆਂ ਗਲਤੀਆਂ ਉਹ ਆਪ ਮੰਨਦੇ ਨੇ। ਇੱਦਾਂ ਮੁਆਫ਼ੀਆਂ ਨਹੀਂ ਮਿਲਦੀਆਂ ਜਿਹੜੇ ਇਹੋ ਜਿਹੇ ਬੱਜਰ ਗੁਨਾਹ ਹੁੰਦੇ ਨੇ, ਗਲਤੀ ਦੀ ਮੁਆਫ਼ੀ ਹੁੰਦੀ ਹੈ, ਗਲਤੀ ਦੀ ਕਿ ਗਲਤੀ ਨਹੀਂ, ਇਹ ਗੁਨਾਹ ਕੀਤੇ ਨੇ, ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਹੋਇਆ ਉਸ ਹੁਕਮ ਦੇ ਵਿਰੁੱਧ ਉਹਨੂੰ ਸਬਦਾ ਸਾਹਿਬ ਨੂੰ ਮਿਲਦਾ ਰਿਹਾ, ਇਹ ਗਲਤੀ ਆ, ਗਲਤੀ ਹੁੰਦੀ ਜਿਹੜੀਆਂ ਜਾਣੇ 'ਚ ਹੋ ਜਾਵੇ। ਇੱਕ ਮਿੰਟ, ਚਾਰ ਪੰਜ ਵਾਰੀ ਸਜ਼ਾ ਦੀ ਮੰਗ, ਹਾਂ ਸਜ਼ਾ ਦੀ ਮੰਗ ਅਸੀਂ ਨਹੀਂ ਕਰਨੀ, ਸਜ਼ਾ ਅਕਾਲ ਤਖਤ ਸਾਹਿਬ ਨੇ ਦੇਣੀ ਹੈ। ਮੈਂ ਬੇਨਤੀ ਤੁਹਾਨੂੰ ਇਹ ਕਰਨ ਆਏ ਹਾਂ ਅਸੀਂ ਸਿੰਘ ਸਾਹਿਬ ਨੂੰ ਵੀ ਆਮ ਆਦਮੀ ਕੋਈ ਗਲਤੀ ਕਰੇ ਉਹਨੂੰ ਮਾਫ਼ ਹੋ ਸਕਦੀ ਆ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆ ਜਿਹਨੂੰ ਸਾਰਾ ਪਤਾ ਮਰਿਆਦਾ ਦਾ, ਜੇ ਉਹ ਅਕਾਲ ਤਖ਼ਤ ਦੀ ਵਾਗਿਆ ਕਰੇ ਤਾਂ ਕੀ ਸਿੰਘ ਸਾਹਿਬ ਉਹਨੂੰ ਮਾਫ਼ ਕਰ ਦੇਣਗੇ? ਅਸੀਂ ਸਿੰਘ ਸਾਹਿਬ ਨੂੰ ਇਹ ਸਾਰਾ ਦੱਸ ਕੇ ਆਏ ਹਾਂ, ਉਹਨਾਂ ਨੂੰ ਬੇਨਤੀ ਕੀਤੀ ਆ ਵੀ ਬਾਕੀ ਤਾਂ ਮਾਫ਼ ਹੋ ਸਕਦਾ, ਜਿਹੜਾ ਜਾਣ ਬੁੱਝ ਕੇ ਇੱਕ ਹੈੱਡ ਆ ਸ਼੍ਰੋਮਣੀ ਅਕਾਲੀ ਦਲ ਦਾ, ਜੇ ਉਹ ਕੋਈ ਗਲਤੀ ਕਰਦਾ ਔਰ ਚੋਰੀ ਛਿਪੇ ਔਰ ਹੁਕਮਨਾਮੇ ਦੀ ਉਲੰਘਣਾ ਕਰਦਾ ਤਾਂ ਉਹਨੂੰ ਮਰਿਆਦਾ ਅਨੁਸਾਰ ਸਜ਼ਾ ਦਿੱਤੀ ਜਾਵੇ। ਸਾਡੀ ਤਾਂ ਇਹ, ਅਸੀਂ ਸਿੰਘ ਸਾਹਿਬ ਨੂੰ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਬਿਲਕੁਲ ਸਹੀ ਸਹੀ ਹੋਊਗਾ।